ਤੁਸੀਂ ਕਿਹੜੇ ਪੰਜਾਬ ਤੋਂ? 6 ਸਾਲ ਹੋ ਗਏ ਮੈਨੂੰ ਕੈਨੇਡਾ ਆਏ, 20 ਸਾਲ ਮੈਂ ਇੰਡੀਆ 'ਚ ਕੱਟੇ, 20 ਸਾਲ ਮੈਂ ਪੰਜਾਬ 'ਚ ਕੱਟੇ। ਇੱਥੋਂ ਦੇ ਲੋਕਾਂ ਦੀ ਨਾ ਇਮੇਜ ਬਹੁਤ ਕ੍ਰੁਕਿਡ ਆ ਪੰਜਾਬ ਦੀ। ਕੋਈ ਕਹਿੰਦਾ ਹਿੰਦੂ ਮੂਤ ਪੀਣਾ, ਅਤੇ ਕੋਈ ਕਹਿੰਦਾ ਐਂਟੀ ਸਿੱਖ, ਕੋਈ ਜੱਟਾਂ ਦਾ ਮੁੰਡਾ ਵਾ ਅਤੇ ਕੋਈ ਬਾਹਮਣ, ਕੋਈ ਕਹਿੰਦਾ ਖਾਲਿਸਤਾਨ ਜਿੰਦਾਬਾਦ ਅਤੇ ਕੋਈ ਕਹਿੰਦਾ ਜੈ ਸ਼੍ਰੀ ਰਾਮ। ਚੰਗੇ ਲਈ ਕਹਿ ਲਓ ਜਾਂ ਮਾੜੇ ਲਈ, ਮੈਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਸੀ ਪਤਾ, ਕਿਸੇ ਨੇ ਨਹੀਂ ਸੀ ਦੱਸਿਆ। ਮੈਂ ਉਸ ਪੰਜਾਬ ਤੋਂ, ਕਦੀ ਸਿੱਖਾਂ ਨੂੰ ਵੱਖਰੀ ਨਜ਼ਰ ਤੋਂ ਵੇਖਿਆ ਹੀ ਨਹੀਂ ਯਾਰ। ਜਿਵੇਂ ਗੋਰਿਆਂ ਨੂੰ ਕਾਲਿਆਂ ਨੂੰ ਵੇਖੀਦਾ ਨਾ ਕਿ ਉਹਨਾਂ ਦਾ ਡਿਫਰੈਂਟ ਸਕਿਨ ਕਲਰ ਆ, ਡਿਫਰੈਂਟ ਪਹਿਰਾਵਾ ਵਾ, ਐਂਡ ਵੀ ਸੀ ਦੈਮ ਇਨ ਅ ਡਿਫਰੈਂਟ ਲਾਈਟ। ਪਰ ਦਸਤਾਰ ਹੋਵੇ, ਜੂੜਾ ਹੋਵੇ, ਪੱਗ ਹੋਵੇ ਜਾਂ ਖੁੱਲ੍ਹੇ ਵਾਲ ਛੱਡੇ ਹੋਣ, ਸਾਰੇ ਆਪਣੇ ਹੀ ਭਰਾ ਲੱਗਦੇ ਸੀ ਯਾਰ। ਮੈਂ ਉਸ ਪੰਜਾਬ ਤੋਂ। ਇੱਕ ਹੋਰ ਸੱਚੀ ਗੱਲ ਦੱਸਾਂ ਯਾਰ, ਸ਼ਾਇਦ ਮੈਂ ਜ਼ਿੰਦਗੀ 'ਚ ਗੁਰਦੁਆਰੇ ਜਾ ਕੇ ਜ਼ਿਆਦਾ ਚੀਜ਼ਾਂ ਮੰਗੀਆਂ ਮੰਦਰ ਨਾਲੋਂ। ਮੰਦਰ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਆ, ਪਰ ਗੁਰਦੁਆਰੇ ਜਾ ਕੇ ਜਿਹੜਾ ਕੜਾਹ ਪ੍ਰਸ਼ਾਦ ਦਾ ਖਾਣ ਦਾ ਮਜ਼ਾ ਆਉਂਦਾ ਸੀ ਨਾ, ਉਹ ਕਿਤੇ ਹੋਰ ਨਹੀਂ ਸੀ ਆਉਂਦਾ। ਉਸ ਕਰਕੇ ਗੁਰਦੁਆਰੇ ਜ਼ਿਆਦਾ ਚਲੇ ਜਾਈਦਾ ਸੀ। ਮੈਂ ਉਸ ਪੰਜਾਬ ਤੋਂ। 10ਵੀਂ ਤੱਕ ਮੇਰੇ ਪਾਪਾ ਨੇ ਮੈਨੂੰ ਹਰ ਰੋਜ਼ ਸਕੂਲ ਭੇਜਣ ਤੋਂ ਪਹਿਲਾਂ ਸਵੇਰੇ ਸਵੇਰੇ ਬਾਹਰ ਘਰ ਦੀ ਥੜੀ 'ਤੇ ਲੈ ਜਾਣਾ, ਅਤੇ ਉੱਥੋਂ ਰਾਈਟ ਸਾਈਡ 'ਤੇ ਗੁਰਦੁਆਰਾ ਨਜ਼ਰ ਆਉਂਦਾ ਸੀ ਅਤੇ ਲੈਫਟ ਸਾਈਡ 'ਤੇ ਮੰਦਰ। ਅੱਧੀਆਂ ਅੱਖਾਂ ਬੰਦ ਹੁੰਦੀਆਂ ਸੀ ਅਤੇ ਮੈਨੂੰ ਕਹਿੰਦੇ ਸੀ ਮੇਰੇ ਪਿੱਛੇ ਰਿਪੀਟ ਕਰ, ਅਤੇ ਮੈਂ ਰਿਪੀਟ ਕਰਦਾ ਸੀ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਹਾਡੀ ਸਦਾ ਹੀ ਜੈ ਹੋਵੇ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਅਤੇ ਫਿਰ ਮੈਨੂੰ ਕਹਿਣਾ ਮੰਦਰ ਵੱਲ ਹੱਥ ਜੋੜ ਅਤੇ ਫਿਰ ਰਿਪੀਟ ਕਰ, ਅਤੇ ਮੈਂ ਰਿਪੀਟ ਕਰਦਾ ਸੀ, ਜੈ ਸ਼੍ਰੀ ਰਾਮ ਜੀ ਕੀ, ਜੈ ਸੀਤਾ ਮਈਆ ਕੀ, ਜੈ ਸ਼੍ਰੀ ਹਨੂੰਮਾਨ ਜੀ ਕੀ, ਅਤੇ ਸੈਚਰਡੇ ਨੂੰ ਸਪੈਸ਼ਲ ਕਹਾਉਂਦੇ ਸੀ ਜੈ ਸ਼ਨੀ ਦੇਵ ਜੀ ਕੀ। ਮੈਂ ਉਸ ਪੰਜਾਬ ਤੋਂ। ਉਦੋਂ ਤਾਂ ਬਸ ਡਰ ਦੇ ਮਾਰੇ ਅੱਧੀ ਨੀਂਦ 'ਚ ਮੈਂ ਉਹਨਾਂ ਪਿੱਛੇ ਰਿਪੀਟ ਕਰ ਦਿੰਦਾ ਸੀ। ਉਦੋਂ ਸਮਝ ਨਹੀਂ ਸੀ ਲੱਗਦੀ, ਪਰ ਹੁਣ ਸਮਝ ਲੱਗਦੀ ਆ। ਉਹ ਕੀ ਕਰ ਰਹੇ ਸੀ? ਉਹ ਇੱਕ ਪੌਦੇ ਨੂੰ ਪਾਣੀ ਦੇ ਰਹੇ ਸੀ। ਮੈਂ ਉਸ ਪੰਜਾਬ ਤੋਂ। ਸਾਡੇ ਘਰ ਦੇ ਸਾਹਮਣੇ ਇੱਕ ਸਰਦਾਰਾਂ ਦਾ ਪਰਿਵਾਰ ਰਹਿੰਦਾ ਸੀ, ਅਤੇ ਸਾਡੇ ਘਰ ਦੀ ਪਿਛਲੀ ਕੰਧ ਵੀ ਇੱਕ ਸਿੱਖ ਪਰਿਵਾਰ ਨਾਲ ਲੱਗਦੀ ਸੀ, ਅਤੇ ਸਾਡੇ ਘਰ ਦੇ ਸਾਹਮਣੇ ਵਾਲੇ ਜਿਹੜੇ ਗੁਆਂਢੀ ਸੀ ਨਾ, ਮੈਨੂੰ ਅੱਜ ਵੀ ਯਾਦ ਆ, ਉਹ ਮੈਨੂੰ ਅਤੇ ਮੇਰੀ ਭੈਣ ਨੂੰ ਹਰ ਸਾਲ ਕੰਜਕਾਂ 'ਤੇ ਜੋਤਾਂ 'ਤੇ ਹਮੇਸ਼ਾ ਬੁਲਾਉਂਦੇ ਸੀ, ਅਤੇ ਸਾਰਾ ਕੁਝ ਪ੍ਰੋਪਰਲੀ ਕਰਦੇ ਸੀ। ਅਤੇ ਮੈਨੂੰ ਇਹ ਵੀ ਯਾਦ ਆ ਕਿ ਉਹਨਾਂ ਦੀ ਸ਼ੈਲਫ 'ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਪਈ ਹੁੰਦੀ ਸੀ, ਅਤੇ ਨਾਲ ਸ਼ੇਰਾਂ ਵਾਲੀ ਮਾਤਾ ਦੀ ਫੋਟੋ। ਅਤੇ ਸਾਡੇ ਘਰ ਦੇ ਜਿਹੜੇ ਪਿਛਲੇ ਵਾਲੇ ਗੁਆਂਢੀ ਸੀ, ਉਹ ਹਮੇਸ਼ਾ ਕੋਸ਼ਿਸ਼ ਕਰਦੇ ਸੀ ਕਿ ਹਰ ਮਹੀਨੇ ਸੰਗਰਾਂਦ 'ਤੇ ਘਰ ਦਾ ਬਣਿਆ ਕੜਾਹ ਪ੍ਰਸ਼ਾਦ ਮੈਨੂੰ ਹਮੇਸ਼ਾ ਦੇ ਕੇ ਜਾਂਦੇ ਸੀ। ਮੈਂ ਉਸ ਪੰਜਾਬ ਤੋਂ। ਗੋਲਡਨ ਟੈਂਪਲ, ਹਰਿਮੰਦਰ ਸਾਹਿਬ, ਸਵਰਨ ਮੰਦਰ, ਜੋ ਮਰਜ਼ੀ ਕਹਿ ਲਓ, ਜੋ ਸਕੂਨ ਉੱਥੇ ਜਾ ਕੇ ਮਿਲਦਾ ਸੀ ਨਾ, ਉਹ ਅੱਜ ਤੱਕ ਕਿਤੇ ਨਹੀਂ ਮਿਲਿਆ। ਅਨਮੈਚਡ ਉਹ ਜੋ ਸਕੂਨ, ਉਹ ਪਹਿਲੀਆਂ ਪੌੜੀਆਂ ਦਰਵਾਜ਼ੇ ਤੋਂ ਉੱਤਰ, ਦਰਵਾਜ਼ਾ ਨਹੀਂ ਉਹ ਰਾਹ ਤੋਂ ਉੱਤਰ ਕੇ, ਪਹਿਲੀਆਂ ਪੌੜੀਆਂ, ਕੁਝ ਪੌੜੀਆਂ ਉੱਤਰ ਕੇ ਜੋ ਸਕੂਨ ਮਿਲਦਾ ਸੀ ਨਾ, ਇੰਝ ਲੱਗਦਾ ਸੀ ਉੱਥੇ ਇੱਕ ਟਰਾਂਸਪੇਰੈਂਟ ਵਾਲ ਆ ਜਿੱਥੋਂ ਸਾਰੀਆਂ ਟੈਂਸ਼ਨਾਂ ਫਿਲਟਰ ਆਊਟ ਹੋ ਜਾਂਦੀਆਂ। ਐਂਡ ਮੈਨੂੰ ਕਿਸੇ ਨੇ ਸਕੂਲ 'ਚ ਦੱਸਿਆ ਸੀ, ਸ਼ਾਇਦ ਮੈਂ ਗਲਤ ਹੋਵਾਂ, ਕਿ ਗੋਲਡਨ ਟੈਂਪਲ ਦੀਆਂ 4 ਰਾਹ ਨੇ ਹਰ ਡਾਇਰੈਕਸ਼ਨ 'ਚ। ਉਹ ਇਸ ਲਈ ਨੇ ਕਿ ਉਹ ਹਰ ਦਿਸ਼ਾ ਤੋਂ ਲੋਕਾਂ ਨੂੰ ਐਕਸੈਪਟ ਕਰਦੇ ਆ, ਕਿਸੇ ਨੂੰ ਮੋੜਦੇ ਨਹੀਂ ਹੈ। ਮੈਂ ਉਸ ਪੰਜਾਬ ਤੋਂ ਹਾਂ। ਕੈਨੇਡਾ ਆ ਕੇ ਪਤਾ ਚੱਲਿਆ ਕਿ ਇੱਥੋਂ ਦੇ ਲੋਕਾਂ ਨੇ ਪੰਜਾਬ ਦੀਆਂ ਕਿੰਨੀਆਂ ਵੰਡਾਂ ਕੀਤੀਆਂ ਹੋਈਆਂ। ਮੈਨੂੰ ਤਾਂ ਸਿਰਫ ਆਪਣਾ ਸੋਹਣਾ ਦੇਸ਼ ਪੰਜਾਬ ਹੀ ਯਾਦ ਆ, ਜਿੱਥੇ ਜਿਹਨੂੰ ਪੰਜਾਬੀ ਬੋਲਣੀ ਆਉਂਦੀ ਸੀ ਅਤੇ ਸਮਝ ਨਹੀਂ ਆਉਂਦੀ ਸੀ, ਉਹੀ ਮੇਰੇ ਲਈ ਪੰਜਾਬੀ ਸੀ। ਮੈਂ ਉਸ ਪੰਜਾਬ ਤੋਂ ਹਾਂ। ਹਾਂ, ਪੰਜਾਬ 'ਚ ਕਾਫੀ ਕਮੀਆਂ ਨੇ, ਬਹੁਤ ਕੁਛ ਨਹੀਂ ਹੈਗਾ ਪੰਜਾਬ 'ਚ, ਪਰ ਉਹ ਮੇਰਾ ਘਰ ਆ। ਮੈਂ ਉਸ ਪੰਜਾਬ ਤੋਂ ਹਾਂ। ਅਤੇ ਹੁਣ ਤੁਸੀਂ ਦੱਸੋ।